ਅਸਾਂ ਯਾਰ ਤੈਨੂੰ ਰੱਖਿਆ ਏ ਸਜਰੇ ਗੁਲਾਬ ਵਾਂਗੂ, ਅਸਾਂ ਯਾਰ ਤੈਨੂੰ ਰੱਖਿਆ ਏ ਸਜਰੇ ਗੁਲਾਬ ਵਾਂਗੂ, ਤੂੰ ਸਾਨੂੰ ਲੜ ਗਿਆ ਏ ਕੱਚੀ ਸ਼ਰਾਬ ਵਾਂਗੂ, ਤੂੰ ਸਾਨੂੰ ਲੜ ਗਿਆ ਏ ਕੱਚੀ ਸ਼ਰਾਬ ਵਾਂਗੂ। ਸਾਰੀ ਜ਼ਿੰਦਗੀ ਮੈਂ ਨਹੀਂ ਵਸਣਾ, ਸਾਰੀ ਜ਼ਿੰਦਗੀ ਮੈਂ ਨਹੀਂ ਵਸਣਾ। ਹੁਣ ਅਸੀਂ ਹਾਲ ਹਾਲ ਦੱਤੀ ਹੋਈ ਏ, ਹਾਲ ਹਾਲ ਮੈਂ ਗੱਤੀ ਹੋਈ ਕਿ ਹਾਲ ਹਾਲ ਤੋਂ ਇਹ ਗੱਤੀ ਹੋਈ ਏ। ਦੇ ਰਾਤੀ ਉਹ ਦੁਖੀ ਗਾਣੇ, ਦੇ ਰਾਤੀ ਉਹ ਦੁਖੀ ਗਾਣੇ, ਕਿਹੜਾ ਤੇਰੇ ਨਾਲ ਲੜ ਪਿਆ ਏ? ਨਾ ਦੁੱਥ ਦੇ ਪਿਆਂ ਦੇ ਦਿੱਤੇ ਹੋਏ ਦੋਥੇ ਨੇ ਜਿਹੜੇ ਰੋ ਰੋ ਤੇ ਪਿਆ ਥੱਦੇ ਨਾ। ਮੈਂ ਤੇਰੀ ਕਿਹੜੀਆਂ ਸੂਈਆਂ ਚ ਭੋਈ ਤੇ ਮੈਨੂੰ ਸੁੱਸ ਟੇੜੇ ਦਿੱਤੇ ਨੀ ਹੈ? ਹੁਣ ਮੈਂ ਤੈਨੂੰ ਕਿਹੜੀ ਤਕਲੀਫ ਦਿੱਤੀ ਏ ਦੰਮੀ ਦੀ, ਤੇ ਮੈਂ ਤੈਨੂੰ ਅਤਰੀਆ ਦਿਹਾੜਾ ਤੇਰੀ ਇੱਥੇ ਬਾਹ ਲੜਾਈ ਕੋਈ ਨਹੀਂ। ਉਹ ਸੱਸਿਆ ਜੰਮਿਆ ਬਾਲ ਤੇ ਅਈਓ ਹਾਲ, ਤੂੰ ਮੈਨੂੰ ਇਹ ਦੱਸ। ਹਾਂ, ਉਸ ਵੇਲੇ ਤਾਂ ਤੂੰ ਆਂਦੀ ਰਹੀ ਹੋ ਮੈਂ ਮਲਵੇਰਾਂ ਦੇ ਬੂਹੇ ਤੇ ਨਹੀਂ ਜਾਵਣਾ, ਮਲਵੇਰਾਂ ਸਾਨੂੰ ਨਾ ਲਿਆ ਉਹਨਾਂ ਜਾ ਤੇ ਉਦੋਂ ਨੋਥਾਂ ਨੂੰ ਲੈ ਲਈਆਂ। ਹੁਣ ਮਲਵੇਰ ਵਾਲ ਤੈਨੂੰ ਟਲੋਤੀ ਤੇ ਛਿੱਤ ਪਈ ਹੋਈ ਏ ਤੇ ਵੇ ਮੈਂ ਕਿ ਗਈ ਖਲੀ ਆ ਆਦੀ ਤਾਂ ਪਈ ਏ, ਉਹਦੀ ਸ਼ਾਦੀ ਏ, ਉਹਦੀ ਅਗਾ ਸ਼ਾਦੀ ਪਈ ਆਉਂਦੀ ਏ ਤੇ ਮੈਂ ਸ਼ਾਦੀ ਤੇ ਨਾ ਜਾਵਾਂ? ਅੱਛਾ, ਸਾਡੀਆਂ ਸ਼ਾਦੀਆਂ ਤੇ ਨਾ ਸਾਡੀਆਂ ਫੌਤ ਦੀਆਂ ਹਾਂ ਤੇ ਆਏ ਨਾ ਨੋ ਕੌਣ ਆਇਆ ਤੇਰੇ ਮਲਵੇਰਾਂ ਤੇ ਆ ਸਾਥੂ ਨਹੀਂ ਜਮੀਂਦਾ ਹਲਾ ਖੈਰੇ ਮਾਸੀ ਦਾ ਜੋ ਭਾਈ ਸਿਮਰੋ ਦਾਲ ਸਿੱਧੀ ਏ, ਜਿਹੜਾ ਜਾਣੇ ਆਪ ਨੂੰ ਉਹਦੇ ਜਾਣੋ ਬਾਪ ਨੂੰ, ਜਿਹੜਾ ਨਾ ਜਾਣੇ ਆਪ ਨੂੰ ਉਹਦੇ ਨਾ ਜਾਣੋ ਬਾਪ ਨੂੰ। ਮੇਗਾ ਸੁਣ, ਉਹ ਮਲਵੇਰ ਦੀ ਮੈਨੂੰ ਟੈਨਸ਼ਨ ਕੋਈ ਨਹੀਂ, ਮੇਰੀ ਮਾਸੀ ਦੀ ਟੈਨਸ਼ਨ, ਮਾਸੀ ਮੇਰੀ ਹੈ, ਮਾਂ ਨਾ ਸੂਈ ਤੇ ਮਾਸੀ ਸੂਈ ਇੰਜ ਗੱਲ ਹੈ ਨਾ, ਸਾਨੂੰ ਮਾਸੀ ਬੜੇ ਪਿਆਰ ਨਾਲ ਪਾਲੇ ਹੋਏ ਆ, ਮੈਂ ਸਿਰਫ ਉਹਦੇ ਮੂੰਹ ਨੂੰ ਜਾਂਦੀ ਪਈ ਆ, ਹੋਰ ਮੈਂ ਰੋਲਾ ਕੋਈ ਨਹੀਂ, ਤੂੰ ਮੇਰੇ ਨਾਲ ਹੀ ਨਹੀਂ ਜਾਣਾ ਯਾ ਤੂੰ ਆ ਮੈਂ ਕੱਲੀ ਬਾਜ ਬੰਦ। ਤੈਨੂੰ ਮੈਂ ਦੱਸਾਂ, ਹਾਂ ਲੜਦੇ ਤਾਂ ਤੂੰ ਵੱਧ ਜਾਸੇ ਪਰ ਉਸ ਬਾਹ ਤੇ ਪਤਾ ਹੀ ਤੂੰ ਕੀ ਆਖਣਾ। ਕੀ ਆਖਣਾ? ਉਹ ਆਲਾ ਦਿੱਤੇ ਲੂਣੇ ਵਾਲੇ ਦਾ ਦਾਣਾ ਸੁਣਿਆ ਹੋਏ ਕਿਹੜਾ ਹੈ? ਹੁਣ ਕਿਹੜਾ ਗਾਣਾ ਹੈ? ਹੁਣ ਕਿਹੜਾ ਗਾਣਾ ਤੈਨੂੰ ਬੜਾ ਯਾਦ ਹੈ? ਤੇ ਤੂੰ ਚਦਾਸ ਤੂੰ ਇਤਨੇ ਗਾਣੇ ਸਾਈ ਦੀਵਾਰਾ ਦਾ ਵਦੋ ਨਾ ਮੈਂ ਤਾਂ ਕੋਈ ਯਾਦ ਹੀ ਕੋ ਨਹੀਂ ਰਾਂਦਾ। ਰਸ ਰਸ ਕੇ ਸੋਹਣਿਆ ਸਜਣਾ ਦਿਲ ਨਹੀਂ ਸਾੜੀ ਦਾ, ਇਹ ਵਕਤ ਜਵਾਨੀ ਦਾ ਮਾਇਆ, ਇਹ ਵਕਤ ਜਵਾਨੀ ਦਾ ਹਾਏ ਇੰਜ ਨਹੀਂ ਗੁਜ਼ਾਰੀ ਦਾ, ਰੁਸ ਰੁਸ ਕੇ ਸੋਹਣਿਆ ਸਜਣਾ ਦਿਲ ਨਹੀਂ ਸਾੜੀ ਦਾ, ਰੁਸ ਰੁਸ ਕੇ ਸੋਹਣਿਆ ਸਜਣਾ ਦਿਲ ਨਹੀਂ ਸਾੜੀ ਦਾ, ਇਹ ਵਕਤ ਜਵਾਨੀ ਦਾ ਢੋਲਾ, ਇਹ ਵਕਤ ਜਵਾਨੀ ਦਾ ਹਾਏ ਇੰਜ ਨਹੀਂ ਗੁਜ਼ਾਰੀ ਦਾ, ਹਰ ਸੇਰ ਰੁਸ ਕੇ ਸੋਹਣਿਆ ਸਜਣਾ ਦਿਲ ਨਹੀਂ ਸਾੜੀ ਦਾ, ਮੇਰੀ ਮਨ ਲੈ ਮੋੜ ਮੁਹਾਰ ਸਵਰ, ਅੱਜ ਕਰੀ ਨਾ ਤੂੰ ਇਨਕਾਰ ਸਵਰ, ਅੱਜ ਕਰੀ ਨਾ ਤੂੰ ਇਨਕਾਰ ਸਵਰ, ਐਵੇਂ ਹੱਸਦੇ ਵਸਦੇ ਘਰ ਨੂੰ ਨਹੀਂ ਢੋਲੀ ਉਜਾੜੀ ਦਾ। ਮੁੰਡਾ ਉੱਥੇ ਰੋਂਦੀ ਰਹੀ ਮੈਂ ਲੈਣੀ ਤੋਈ ਨੂੰ ਆਵਣਾ, ਮੈਂ ਕੱਲਿਆ ਜਾਵਣਾ ਹੀ ਕੋ ਨਹੀਂ, ਕੱਲਿਆ ਜਾਵਣਾ ਹੀ ਕੋਈ ਨਹੀਂ ਜਾਵਣਾ। ਹਲਾ ਤੱਲੀ ਭਲਾ ਸੀ ਇਹ ਤੇ ਨਾ ਕਾਲ ਇੱਕੋ ਮੇਰਾ ਮੁਲੇਰ ਰਹਿ ਗਿਆ। ਅੱਛਾ ਵਾਦ ਜਾਵੀ ਮੈਂ ਤਾਂ ਹੋਰ ਪਿਟਾਸ ਨੂੰ ਪਿਓ ਆ, ਆ ਸੁਣੀਂਦਾ ਆਮੀਆਂ ਫਲਾਣੀ ਜਦੋਂ ਤੂੰ ਰਨ ਪਰਨਾ ਤੇ ਲੈ ਆਉਂਦੀ ਨੇ ਐਡੀ ਉਸਦੀ ਉਸ ਸਾਥਾ ਨੱਥ ਦੀ ਥੋੜੀ ਏ, ਐਡੇ ਥੁੱਲੇ ਥੁੱਲੇ ਆਨੇ ਨੂੰ ਤੇ ਚੰਦਾ ਤਾਦ ਤਾਠ
ਤੇ ਉਹ ਦਲ ਨੂੰ ਛੱਡ, ਸਾਡੇ ਇੱਥੇ ਜਾਲ ਲਿਆਲ ਪਈ ਹੋਈ, ਅਹਿਮਦ ਸ਼ੇਰ ਤਾਂ ਸੁੱਤੀ ਲਾ ਜਾਂਦੀ ਹੈ ਪੈਠਰ, ਪੈਠਰ ਸੁੱਤੀ ਹਾਂ, ਤੇ ਉਹਦੀ ਹਾਂ ਲਿਆਲ ਪਈ ਥਲੀਏ ਪੈਂਦੇ ਨੇ ਬੜੀ ਬਲਾਂ, ਸੁੱਤੀ ਲਾ ਜਾਂਦੀ ਸਾਡੀਆਂ ਪਾਰਟੀਆਂ ਸਲਵਾਰਾਂ ਨੂੰ ਦੌੜਿਆ ਤੂੰ ਮੈਨੂੰ ਪਾੜੀ ਤੇ ਮੈਂ ਆਖੇ ਵੀ ਆਣ ਕੱਪੜੇ ਲਾ ਛੱਡ, ਤੂੰ ਪੱਠੇ ਵੱਢਣ ਗਿਆ ਤੇ ਉੱਥੇ ਲੱਗ ਗਈ ਹੈ ਨਾ, ਪਾਟ ਗਿਆ ਨਾ ਕੱਪੜੇ, ਇਹ ਨਵਾਂ ਸੂਟ ਤੋਂ ਤੂੰ ਗੋਲ ਕਰ ਛੱਡਿਆ। ਅੱਛਾ ਹੁਣ ਇਹ ਥੰਮ ਸਾਰ ਦੰਦੇ ਦੇ ਉੱਤੇ ਮੈਂ ਲਾ ਜਾਂਦੇ ਨੇ ਪੱਠੇ, ਉਹ ਇਹ ਥੱਤੀ ਥਲੇ ਔਰ ਬਾਜੀਆ ਸਵਾਣੀ ਮਰੋ ਦੋ ਮੁੱਠੀ ਭਰ ਲਈਏ, ਕਿਸ ਨੂੰ ਗੱਦੇ ਨੂੰ ਦੰਦੇ ਨੂੰ, ਓਏ ਆ ਤਰੋਟ ਹੋਇਆ ਗੱਦੇ ਨੂੰ, ਕਿਹੜੀਆਂ ਮੁੱਠੀ ਭਰੇ ਆਪਣੀ ਵਾਰੀ, ਜਦੋਂ ਸਿਰ ਫਾਤੇ ਲੰਮੀ ਹੋ ਜਾਂਦੀ ਮੇਰੇ ਦੁੰਦੇ ਨੂੰ ਪੀੜ, ਤੇ ਮੈਂ ਗੱਦੇ ਆ ਤੂੰ ਮੈਨੂੰ ਗੱਦੇ ਸਮਝਿਆ ਹੋਇਆ, ਲੜਦੀ ਰਹਿੰਦੀ ਲੜਦੀ, ਤੂੰ ਜਵੇਂ ਗੱਦੇ ਮੇਰੇ ਨਾਲ ਲੜਾਈ ਕਰਦਾ ਹਾਂ ਟਾਈਮ ਤੇ ਤੂੰ ਮੇਰੇ ਨੱਕ ਤੇ ਲੜਿਆ ਰਹਿਣਾ, ਕਿਦਾਂ ਜਾਵਣਾ ਜਾਵਣਾ, ਦੋ ਦੇ ਪਹਿਲੇ ਸਾਡੇ ਘਰ ਸ਼ਿਕਾਰ ਪੇ ਹੁੰਦਾ ਵੀ ਤੂੰ ਇਹਦੇ ਨਹੀਂ ਜਾਵਣਾ, ਮੈਂ ਕੋਹਨੂੰ ਬੱਟੇ ਲਾਵਣੇ ਨਾ ਲਾ ਆਪੇ, ਹੁਣ ਪਾਗਲ ਹੀ ਹੋ ਜਾਵਣਾ ਤੇ ਪਾਗਲ ਹੋ ਗਈ ਆ, ਜਾਨ ਹੀ ਨਹੀਂ ਛੁੱਟਦੀ ਪਈ ਮੇਰੀ, ਕਿਉਂ ਨਿਕਾਹ ਕਰਕੇ ਲੈ ਆਂਦਾ ਐਵੇਂ ਜਾਨ ਛੁੱਟ ਕੇ ਆਉਣੀ ਆ, ਪੈਸੇ ਲਾਇਆ ਨਾ 2.5 ਲੱਖ ਰੁਪਈਆ ਲਾਇਆ, ਮੇਰੀ ਬਿਲਾਦਰੀ ਦੇ ਵਿੱਚ ਉਹ ਖੋਤੇ ਦਾ ਗੋਸ਼ਤ ਕਦੀ ਨਾ ਉਹਨੇ ਖਵਾਇਆ ਤੇ ਮੈਂ ਕੱਟੇ ਦਾ ਖਵਾਇਆ, ਤੇਰੀ ਵਾਰੀ ਮੈਂ ਤਾਂ ਨਹੀਂ, ਤੇਰੇ ਨਾਲ ਸ਼ਾਦੀ ਕਰਨ ਨਾਲੋਂ ਨਾ ਮੈਂ ਗਵਾਰਾ ਜਾਗ ਲਵਾਉ ਬਿਹਤਰ ਹੈ, ਮੈਂ ਆਂ ਨਹੀਂ, ਮੈਨੂੰ ਦੇ ਪਰਾ ਫੈਸਲਾ ਤੇ ਮੇਰੀ ਜਾਨ, ਟਰਾਲੀ ਟਰੈਕਟਰ ਤੇ ਦੁਲਾਨ ਲੈ ਕੇ ਆਂਦੇ ਆਂ ਨਹੀਂ ਸਾਡੇ ਬਿਲਾਦਰੀ ਦੇ ਪਿਛਲੀਆਂ ਨਸਲਾਂ ਚੋਂ, ਪਹਿਲੀ ਵਾਰੀ ਐਮਪੀਏ ਦਾ ਉਹ ਵਿਗੋ ਡਾਲਾ ਲੈ ਕੇ ਆਂਦਾ, ਕਦੀ ਬੈਠੀ ਹੈ ਸਾਤ ਨਸਲਾਂ ਚ ਕਿਤੇ ਹੀ ਕਾਈ ਵਿਗੋ ਡਾਲੇ ਬੈਠੀ ਆਏ, ਬਸ ਕਰ ਵੇ ਬਸ ਕਰ, ਮੈਨੂੰ ਪਤਾ ਹੁੰਦਾ ਨਾ ਤੂੰ ਇਹੋ ਜਿਹਾ ਹੈ ਤਾਂ ਮੈਂ ਕਦੀ ਹਾਂ ਨਾ ਕਰਨੀ, ਹਾਂ ਕੋਈ ਨਾ ਕਰਨੀ ਤੇਰੇ ਜੈ ਨਾ, ਤੂੰ ਮੈਨੂੰ ਮਹੀਨਾ ਪਹਿਲੇ ਘਰ ਬਹਾ ਲਵੇਂ ਆ ਉੱਥੇ ਤੇ ਮੈਨੂੰ ਚੈੱਕ ਕਰ ਲਵੇਂ ਆ ਪਹਿਲੇ, ਸੁਭਾਨ ਸੁਭਾਨ, ਤੇਰੇ ਬਿਰਾ ਵੀ ਤੈਨੂੰ ਚੈੱਕ, ਮੈਨੂੰ ਚੈੱਕ ਕਰਦੇ ਰਹਿੰਦੇ, ਤੂੰ ਵੀ ਚੈੱਕ ਕਰ ਲਵੇਂ, ਤੇਰੀਆਂ ਦੁਨੀਆਂ ਬਹਿਣਾ ਵੀ ਚੈੱਕ ਕਰ ਲਵੇਂ ਨਾ ਤਸੱਲੀ ਹੋ ਜਾਂਦੇ ਆ, ਮੇਰੀਆਂ ਬਹਿਣਾ ਕਿਉਂ ਚੈੱਕ ਕਰੇਣਾ, ਸ਼ੱਕਰ ਆਪਣੀ ਵੇਖੇ ਮਨੂਸ ਆ, ਆਪਣੇ ਕਰਤੂਤ ਚੈੱਕ ਕੀਤੇ ਕਰ, ਪਹਿਲੇ ਕਦੀ ਗਿਰਮਾਨ ਨੇ ਜਾਤੀ ਮਾਰ ਕੇ ਵੇਖੀ ਵੀ ਕਿਤਨਾ ਤਰੱਕਾ ਹੋਇਆ, ਸਾਫ ਸੁਥਰੀ ਬੁਨਿਆਦ ਪਾਈ ਹੋਈ ਹੈ ਤੇ ਖੁਸ਼ਬੂਆਂ ਆਉਂਦੀਆਂ ਪਈਆਂ, ਬਸ ਕਰ ਉੱਤੋਂ ਖੁਸ਼ਬੂਆਂ ਆਉਂਦੀਆਂ ਪਈਆਂ, ਜੈਲੀ ਸਾਫ ਕਰ ਲਵੇਂ ਆ ਗੰਦ ਭਰੇ ਹੋਇਆ ਹੀ ਵਿੱਚ, ਉਹ ਤਾਂ ਠੀਕ ਹੈ ਮੈਂ ਕੁੱਤੀ ਲੈ ਆਂਦੀ ਹੈ ਤੇ ਉਹਦੀ ਬੋ ਕਿਸੇ ਟਾਈਮ ਆ ਜਾਂਦੀ ਹੈ, ਬਸ ਕੀਤੀ ਗਾ ਡਰਾਮਾ ਨਾ ਕੀਤੀ, ਉਹ ਕੁੱਤੀ ਤਾਂ ਮੇਰੀ ਸੌਕਣ ਬਣ ਗਈ ਹੈ, ਹਾਂ ਉਹ ਕੁੱਤੀ ਤਾਂ ਹਰ ਸ਼ਾ ਖਾਂਦੀ ਪਈ ਉਹਦੇ ਕੰਨ ਤੇ ਕਲੇਜੀਆਂ ਤੇ ਦੂਜਾ ਕੀ ਹੈ ਉਹਦੇ ਨਾਲ ਉਹ ਜਰੀ ਤੇ ਗੋਸ਼ਤ ਉਹਦੇ ਵਾਸਤੇ ਪੀਸ ਮਾਰ ਕੇ ਆਉਂਦੇ ਪੈਣ ਤੇ ਮੈਨੂੰ ਸੁੱਕੀ ਚਟਣੀ ਨਾਲ ਖਵਾ ਕੇ ਅੱਜ ਮੇਰਾ ਡੱਡ ਪੀਣ, ਤੇ ਤੈਨੂੰ ਆਖਿਆ ਨਹੀਂ ਜਿਹੜਾ ਸ਼ੋਰਬਾ ਬਚਦਾ ਹੈ ਉਹਦੇ ਨਾਲ ਰੋਟੀ ਖਾ ਲਈ ਕਰ, ਸ਼ਾਬਾਸ਼ ਸ਼ਾਬਾਸ਼, ਮੈਂ ਕੁੱਤੀ ਦਾ ਝੂਠਾ ਸ਼ੋਰਬਾ ਖਾਵਾਂ, ਹੈ ਓਏ ਝੂਠਾ ਨਹੀਂ, ਕੁੰਨੀ ਜਦੋਂ ਪੱਕਦੀ ਹੈ ਉਹਦੇ ਕਾਣੋ ਬੋਟੀਆਂ ਉਹਨਾਂ ਚ ਗੱਤੀਆਂ ਤੇ ਛੋਰਾ ਆਪ ਲਾ ਲਿਆ, ਮੈਂ ਤਾਂ ਦੁਆ ਮੰਗਦੀ ਪਈਆਂ ਬਈ ਕੁੱਤੀ ਕਦੋਂ ਮੇਰੇ ਮਗਰੂ ਲਾਣਾ ਹੈ, ਇਹ ਤਾਂ ਮਰਦੀ ਤੇ ਮਗਰੂ ਨਹੀਂ ਲਾਦੀ ਮੇਰੀ ਆ ਝੋਲੀ ਆ ਕੁੱਤੀ, ਤੂੰ ਅੱਧਾ ਕਿਲੋ ਦੇਸੀ ਗਿਓ ਏ ਤੇ ਦੁਆ ਉਹ ਉਜਰੀ ਬੱਕਰੇ ਦੀ, ਇਹ ਨਾ ਚੰਗੀ ਤਰ੍ਹਾਂ ਇਹਦੇ ਮਰਚਾਂ ਜ਼ਿਆਦਾ ਨਾ ਪਾਵੀ, ਉਹ ਮੁੜੇ ਇੰਜ ਹੈ ਬਈ ਉਹਨੂੰ ਐਂ ਜਿਗਰ ਦੇ ਮਸਲਾ ਬਣਦਾ, ਤੂੰ ਮੈਨੂੰ ਇਹ ਦੱਸ
ਉਹਦੇ ਜਿਗਰ ਮੈਂ ਮੈਂ ਤੈਨੂੰ ਮਸਲਾ ਬਣਦਾ ਹੈ, ਮੈਂ ਹੀ ਤੱਕ ਬਿਮਾਰ ਇਤਨੀ ਰਹੀ ਆ, ਮੇਰੀ ਖੇਵੀ ਤੇ ਇਤਨੀ ਤਵੱਜੋ ਕੋਈ ਨਾ ਆਈ ਆ। ਤੂੰ ਇਮਾਨ ਦੀ ਦੱਸ, 5 ਸਾਲ ਹੋ ਗਏ ਤੇਰੀ ਮੇਰੀ ਸ਼ਾਦੀ ਨੂੰ, ਹਾਂ ਅੱਜ ਤਾਈ ਔਲਾਦ ਹੋਈ ਹੈ? ਤੇਰੀ ਨੀਅਤ ਖਰਾਬ ਹੈ, ਮੇਰੀ ਨੀਅਤ ਖਰਾਬ ਚੈੱਕ ਕੀਤੀ? ਮੈਂ ਤੈਨੂੰ ਵਿਖਾਉਂਗਾ ਯੋ, ਬੇ 6 ਮਹੀਨੇ ਮੈਂ ਉਸ ਤੇ ਲੈਣਾ ਵੇਖ ਕੇ 4 ਪੰਜ ਕਤੂਰੇ ਇਕੱਠੇ ਜੇ ਸੀਗੇ, ਮੈਂ 1-1,30,000 ਦਾ ਵੇਚ ਕੇ ਆ ਘਰ ਪੱਕੇ ਪੈਸਾ ਮੈਂ ਤੈਨੂੰ ਵਿਖਾਉਂਗਾ। ਹੁਣ ਮੇਰੇ ਬਦਲੇ ਤੇਰੇ ਕੋਲ ਅੱਲਾ ਲਮਣਾ ਨਹੀਂ, ਇਹ ਗੱਲ ਜ਼ਹਿਨ ਚ ਰੱਖੀ, ਮੈਂ ਡੋਰਾ ਅੱਲਾ ਤੇ ਸੜ ਛੋੜੀ ਨੂੰ, ਹੁਣ ਵੇਖ ਤੂੰ ਮੇਰੇ ਨਾਲ ਫਰਕ ਕਰਨਾ, ਤੂੰ ਕੁੱਤੇ ਨੂੰ ਖਵਾ ਤੇ ਮੈਨੂੰ ਨਾ ਖਵਾ, ਮੈਂ ਵੇਲੀਆਂ ਤੇਰੇ ਕੋਲ ਅੱਲਾ ਸਮਾਨੀ ਹੈ ਬੜੀ ਹੈ, ਤੇਰਾ ਤੇ ਹੁੰਦਾ ਕਿਹੜਾ ਮੁਕਾਬਲਾ ਹੋ ਸਕਦਾ, ਮੇਰਾ ਤੇ ਜੋੜ ਕਿਹੜਾ ਹੋ ਸਕਦਾ, ਮੁਕਾਬਲਾ ਕਿਹੜਾ ਹੋ ਸਕਦਾ, ਕੁੱਤੀ ਤੇ ਕੁੱਤੀ ਹੁੰਦੀ ਹੈ, ਤੂੰ ਮੇਰੀ ਸਮਾਨੀ ਹੈ, ਤੇਰੀ ਸਮਾਨੀ ਹੈ ਨਾ, ਤੇ ਉਹਦੇ ਨਾਲ ਵੱਧ ਮੇਰੀ ਕਦਰ ਕਰੇ, ਮੈਨੂੰ ਆਖਿਆ ਪਹਿਲੇ ਕੌਲੀ ਭਰ ਕੇ ਤੂੰ ਖਾ ਲੈ, ਬਾਅਦ ਵਿੱਚ ਮੈਂ ਕੁੱਤੀ ਦੇਰ ਲਾਇਆ ਬਈ 6 ਮਹੀਨੇ ਮਹੀਨੇ ਇਸ ਤੇ ਚੰਗੇ ਲਾਵਣ ਦੇ, ਇਹਨੂੰ ਗੋਸ਼ਤ ਸੋਹਣੇ ਸੋਹਣੇ ਸਾਲਾਂ ਨੂੰ, ਇਸ ਤੇ ਚੰਗੀ ਮਿਹਨਤ ਕਰਨ ਦੇ ਮੈਨੂੰ, ਜਦੋਂ ਇਸ ਜਿਹੜਾ ਨਾ ਸੂਝ ਹੈ ਉਹਨਾਂ ਦਾ 5-6 ਕਤੂਰੇ ਸੋਹਣੇ ਸੋਹਣੇ ਇਸ ਦੇਵਣੇ ਨੂੰ, ਮੈਂ ਉਹਨਾਂ ਦੀ ਟ੍ਰੇਨਿੰਗ ਕਰ ਸਕਿਆ, ਆਰਮੀ ਡੋਗ ਸੈਂਟਰ ਵਾਲਿਆਂ ਤੇ ਜਾ ਕੇ ਭਰਤੀ ਕਰਾਈ ਸਕਿਆ, ਔਰ ਮਹੀਨੇ ਲੱਖਾਂ ਰੁਪਈਏ ਨਾ ਮਿਲਣ ਤਾਂ ਮੇਰਾ ਮੁਕਾਲਾ ਕਰ ਛੱਡੀ। ਤੁਸੀਂ ਪਾਗਲ ਹੋ ਬਹਿਣਾ, ਸਿਰਫ ਕੁੱਤੀ ਦੇ ਪਿਆਰ ਵਿੱਚ ਥੋੜਾ ਜਿਹਾ ਸੋਕੜਾ ਪਿਆ ਹੋਇਆ, ਇਸ ਸਹੀ ਹੋ ਜਾ ਸੀ ਨਾ, ਉਸ ਮਰ ਜਾਵਣਾ, ਉਹ ਮਗਰੂ ਲੈ ਬਈ ਸੀ ਮੇਰੀ ਜਾਨ ਛੁੱਟ ਬਈ ਸੀ, ਜੇ ਕੁੱਤੀ ਮਰ ਗਈ ਸੋਕਣਾ ਪਿਆ ਆ ਸੁਣਾ, ਇਨਸ਼ਾਅੱਲਾ ਮਰਾ ਹੀ ਮਰੀ ਹੋ ਜੇ ਕੁੱਤੀ, ਪਹਿਲੀ ਮਨ ਤੇ ਹੀ ਤੈਨੂੰ ਲੱਭ ਜਾਵੇ ਤਾਂ ਮੋੜ ਗੱਲ ਕਰੀ, ਔਰ ਦੂਰੂ ਬੰਦੇ ਵੇਖ ਕੇ ਤੇ ਇੱਕ ਵਾਰੀ ਨਾ ਤੈਨੂੰ ਆਖਿਆ ਇਮਾਨਦਾਰ, ਅਗਲੇ ਦਿਨ ਮੈਂ ਤੈਨੂੰ ਆਖਿਆ ਵੀ ਅੰਮਾ ਦੀ ਤਬੀਅਤ ਖਰਾਬ ਹੈ, ਮੈਨੂੰ ਆ ਮੈਂ ਸ਼ੇਰ ਲੈ ਜਾ, ਤੂੰ ਬਹਾਨੇ ਕਾਰਵਾਈ ਨਾ ਮੇਰੀ ਕੁੱਤੀ ਕੋ ਖੋਲ ਲਈ ਸੀ, ਮੇਰੇ ਤੇ ਕਿਹੜੀ ਸਜ਼ਾ ਹੈ? ਤੂੰ ਵੇ ਦਾ ਤੁਹਾਡੀ ਸੱਤਾ ਨਸਲਾਂ ਚੀ ਹੋ ਜੀ, ਕੁੱਤੀ ਕਿਸੇ ਰੱਖੀ ਆ, ਮੈਂ ਬਸ ਕਰ, ਮੈਂ ਬਸ ਕਰ, ਦਿਮਾਗ ਨਾ ਸ਼ਾਰਟ ਕਰ, ਆਰ ਪਾਰ ਸਾਰੇ ਸ਼ੁਕੀਨ ਹਲਕੇ ਹੋਏ ਖਲੋਤੇ ਨੂੰ, ਆ ਮਨ ਸ਼ੇਰ ਕੁੱਤੀ ਲੈ ਆਂਦੀ, ਕੁੱਤੀ ਲੈ ਆਂਦੀ, ਅਹੀਂ ਤੇ ਜਦੋਂ ਮੈਂ ਤੈਨੂੰ ਲੈ ਆਂਦਾ ਆਈ ਵੀ ਮਿਲੋ ਖਲਕਾ ਨਾ ਹੋਇਆ, ਜਿਵੇਂ ਮੈਂ ਕੁੱਤੀ ਲੈ ਆਂਦੀ ਤੇ ਮਿਲੋ ਖਲਕਾ ਹੋਇਆ ਖਲੋਤਾ, ਔਰ ਅਬ ਆ ਜਾ ਕਰੋਟ ਮਰੇ ਤੂੰ ਜ਼ਲੀਲ ਹੋਵੇਂ, ਮੈਂ ਤਾਂ ਹੁਣ ਪਛਤਾਉਂਦੀ ਖਲੋਤੀ, ਤੇਰੇ ਨਾਲ ਮੈਂ ਸ਼ਾਦੀ ਕਿਵੇਂ ਕੀਤੀ ਆ, ਮਗਰੂ ਕਿਉਂ ਨਹੀਂ ਲਾਂਦਾ ਮੇਰੀ ਜਾਨ ਤਾਂ ਛੋੜ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ? ਕੀ ਹਾਲ ਹੈ? ਠੀਕ ਹੋ? ਫਿਰ ਅੱਲਾ ਦਾ ਕਰਮ, ਸ਼ੁਕਰ ਹੈ। ਕਿਹੜੇ ਰੋਲੇ ਨੇ ਪਿਆ? ਕੋਈ ਨਹੀਂ ਯਾਰ, ਆਈ ਆ ਇੱਥੇ ਤਸਵੀਰਾਂ ਛਕੀਆਂ ਈਦ ਤੇ, ਉਹ ਕੋਈ ਨਹੀਂ ਪਲਬਦੀ, ਡਿਲੀਟ ਹੋ ਗਈਆਂ, ਉਸੇ ਪਤਾ ਨਹੀਂ ਅੱਗਾ ਪਿੱਛਾ ਹੋ ਗਈਆਂ, ਕੰਮ ਆਇਆ ਆਮ ਤੇਰੇ ਕੰਮ ਕਾ, ਮੈਨੂੰ ਪਤਾ ਹੈ ਤੁਸੀਂ ਤਰੋਕੜਾਂ ਵਾਲਾ ਘਰ ਹੋ, ਤਰੋਕੜਾਂ ਵਾਲੇ ਕੋਲ ਹੀ ਕਾਸ਼ ਲੱਭਦੀ ਹੈ, ਅੱਲਾ ਦੀ ਜ਼ਾਤ, ਦੁੱਧ ਵੀ ਦਿੱਤਾ, ਪੋਤਰ ਵੀ ਦਿੱਤਾ ਹੋਇਆ, ਚੜਾਂ ਨੂੰ ਲੱਦਾ ਵੀ ਹੈ ਬੈੜਾ ਕਿਚਨ ਦਾ, ਤੇ ਉਹ ਇੰਜ ਆ ਬੇ ਗਿਓ ਚਾਹੀਦਾ ਦੇਸੀ ਕੋਲ, ਗਿਓ ਪਿਆ ਹੈ, ਨਾਮਾ ਲੈ ਦਾ ਰੱਖਦੇ ਆ ਅਸੀਂ, ਨਾ ਮਾਜ ਦਾ ਚਾਹੀਦਾ, ਮਾਜ ਦਾ, ਮਾਜ ਦਾ ਚਾਹੀਦਾ, ਬਹੁ ਸਵਾਬ ਹੈ, ਬਹੁ ਸਵਾਬ, ਇਤਨਾ ਸਵਾਬ ਹੈ, ਮੈਂ ਸਾਰੇ ਰੋਜ਼ੇ ਰੱਖੇ ਨੇ, ਅੱਲਾ ਤਾਲਾ ਦੀ ਜ਼ਾਤ ਦਾ ਬੜਾ ਕਰਮ ਹੋਇਆ ਮੇਰੇ ਤੇ, ਮੈਂ ਜੁਮੇ ਤੇ ਗਿਆ, ਮੌਲਵੀ ਸਾਹਿਬ ਦਾ ਖੁਤਬਾ ਸੁਣਿਆ, ਉਸ ਗੱਲ ਹੋਰ ਕੀਤੀ ਕੋਈ ਨਹੀਂ ਆਮਦ ਚ, ਕੀ ਕਰਦਾ ਰਿਹਾ, ਉਸ ਗੱਲ ਇਹੋ ਕੀਤੀ ਵੀ ਜਿਹੜਾ ਬੰਦਾ ਆਪਣੇ ਘਰ ਦਾ ਲੈਂਦਾ ਹੈ ਨਾ, ਉਹਨੂੰ ਅੱਲਾ 20 ਦਾ ਸਵਾਬ ਦੇ, ਜਿਹੜਾ ਆਪਣੇ ਬੱਚਿਆਂ ਤੇ 100 ਲੈ ਸੀ, ਅੱਲਾ ਸਾਈਂ 200 ਦਾ ਸਵਾਬ ਦੇ, ਤੂੰ ਮੈਂ ਨਾ ਠੇ ਵਾਲੇ ਨੂੰ ਨਾ ਰੀਸ ਕੀਤੀ ਕਰੋ ਆਮਦ ਸ਼ੇਰ ਦੀ, ਸਵਾਣੀ ਦੀ ਕਪੜਾ ਜੁੱਤੀ ਤੇ ਖੁਰਾਕ ਉਸ ਅੱਛੀ ਰੱਖੀ, ਉਹਦੇ ਚਿਹਰੇ ਤੇ ਰੌਣਾ ਕੇ, ਗਿਓ ਜਿਹੜਾ ਹੈ ਨਾ ਗਿਓ, ਮੈਂ ਚੱਲਿਆ ਜੀ ਪੰਜੀਰੀ ਖਵਾ ਵੀ ਬਣਾ ਕੇ, ਉਹਨੂੰ ਉੱਤੋਂ ਰੋਟੀ ਚੋ ਵਿੱਚ ਸਾਲਾਣੇ ਚ ਪਾਵੀ, ਉਂਝ ਜਿਹੜਾ ਹੈ ਨਾ ਉਂਝ ਨਾ ਚਮਚੀਆਂ ਨਾਲ ਖੰਡ ਗਾਤ ਕੇ ਖਾਵੇ, ਵੀ ਉਹ ਮੁੜ ਫੇਫੜਿਆਂ ਤੇ ਬਲਾਕ ਕਰ ਸਕਦੇ ਨੇ, ਖਗ ਰੇਸ਼ਾ ਬਣ ਜਾਂਦਾ, ਉਸ ਚਮਚੀਆਂ ਨਾਲ ਕੁੱਤੀ ਕਿਦੂ ਖਾ ਲੈਣਾ, ਕੁੱਤੀ ਸਵਾਣੀ ਨੂੰ ਕੁੱਤੀ ਸਦਿੰਦਾ ਪਿਆ ਬੜਾ, ਨਹੀਂ ਯਾਰ ਦਿਮਾਗ ਖਰਾਬ ਹੈ,
ਤੂੰ ਸੁਣਿਆ ਕੋਈ ਨੀ ਪੂਰੇ ਥੇ ਦੇ ਵਿੱਚ ਕੀ ਬੜਿਆ ਤੇਰੇ ਵੀਰਾ ਕੁੱਤੀ ਲੈ ਆਂਦੀ ਏ ਬੱਕਰੀ ਵੇਚੀ ਠੀਕ ਹੈ ਤੇ ਉਹ ਵੀ ਮੇਰਾ ਦਿਲ ਲੈ ਮੈਂ ਗਿਓ ਕਖੜਾ ਕਰਕੇ ਨਾ ਕੁੱਤੀ ਕਾਣ ਕੁੱਤੀ ਕਾਣ ਜਿਹੜਾ ਗਿਓ ਮੇਰੇ ਕੋਲ ਲੈ ਕੇ ਜਾਵਣੀ ਹਾਂ ਕੁੱਤੀ ਕਾਣ ਉਹ ਕੁੱਤੀ ਨੂੰ ਦੇਵਣੀ ਯਾਰ ਕੁੱਤੀ ਤਾਂ ਵੇਖੋ ਉਹ ਜਿੱਥੇ ਦੀਆਂ ਪੱਕੀਆਂ ਹੋਈਆਂ ਖਾਸੇ ਉਹ ਸਮਾਣੀ ਦੇ ਹੱਥਾਂ ਦੀਆਂ ਪੱਕੀਆਂ ਹੋਈਆਂ ਤੇ ਮੈਂ ਗਿਓ ਨੂੰ ਕਿਉਂ ਦੇਵਣੀ ਸ਼ੌਕ ਹੈ ਕੁੱਤੀ ਮੈਂ ਨਾ ਕੁੱਤੀ ਦਾ ਕਿ ਸਮਾਣੀ ਦਾ ਬੜਾ ਤੇਰੀ ਤਾਂ ਕੋਈ ਨਹੀਂ ਕੋਈ ਤੇਰੀ ਆਤੀ ਬੜੀ ਕੁੱਤੀ ਹੈ ਕਾ ਤੂੰ ਮੇਰੇ ਕੋਲ ਗਿਓ ਲੈਣਾ ਹੈ ਉਹ ਗਿਓ ਨੂੰ ਕਿਉਂ ਦੇਵਣੀ ਉਹ ਮੈਂ ਕੁੱਤੀ ਨੂੰ ਦੇਵਣਾ ਹੈ ਅੱਛਾ ਕੁੱਤੀ ਬੜੀ ਨਸਲ ਦੀ ਹੈ ਆ ਕੁੱਤੀ ਉਸ ਨਸਲ ਦੀ ਹੈ ਯਕੀਨ ਕਰ ਜਾ 18,000 ਵੇਖੀ ਹੋਈ ਹੈ ਹਾਂ ਵੇਖੀ ਹੋਈ ਉੱਥੋਂ ਉਸ ਖੁਰਾ ਕੱਢਿਆ ਯੂ ਇਸ ਨਸਲ ਉੱਥੋਂ ਖੁਰਾ ਕੱਢਿਆ ਸੋ ਤੇ ਡਿੰਗਾਂ ਵਾਲੇ ਤੇ ਡਿੰਗਾਂ ਵਾਲੇ ਤੇ ਜਾ ਕੇ ਚੋਰ ਆਈ ਅੰਦਰ ਮੰਜੀ ਸੁੱਤਾ ਪਿਆ ਦੂਆ ਜ਼ਿਲ੍ਹਾ ਬਣਦਾ ਦੂਆ ਜ਼ਿਲ੍ਹਾ ਬਣਦਾ ਐਸੀ ਨਸਲ ਦੀ ਕੁੱਤੀ ਹੈ ਕੁੱਤੀ ਨਾਲ ਤਾਂ ਮੁੜ ਤੂੰ ਚੰਗੀ ਨਸਲ ਦਾ ਵੀ ਉਹਨਾਂ ਕਿੱਥੋਂ ਜਾ ਕੇ ਖੁਰਾ ਤੋਂ ਕੱਢ ਲਿਆ ਉਸ ਕੁੱਤੀ ਦਾ ਉਹ ਖੁਦਾ ਦਾ ਨਾਂ ਹੈ ਉਹ ਜਿਹਨਾਂ ਬੰਦਿਆਂ ਦੀ ਹਰਾਮ ਕਮਾਈ ਹੋਵੇ ਨਾ ਉਹ ਕੁੱਤੇ ਖਾ ਜਾਂਦੇ ਤੁਸੀਂ ਵੀ ਹੁਣ ਜਨਾਬ ਵੱਡੋ ਕੋਈ ਨਾ ਘਿਓ ਦਿਓ ਆਪਣੇ ਪੈਸੇ ਲੈਣੇ ਮੈਂ ਕੋਈ ਨੂੰ ਘਿਓ ਦੇਣਾ ਕੁੱਤੀ ਕਿਉਂ ਤੂੰ ਅੱਗਾ ਕਰ ਤੂੰ ਦਾ ਵੀ ਬਾਦ ਲਾ ਲਾ ਤੂੰ ਐਡਾ ਤੂੰ ਸ਼ੌਕੀਨ ਖਲੋ ਪਿਉ ਦਾਰਾ ਘਿਓ ਲੈਣ ਆਇਆ ਖਲੋਤਾ ਕੁੱਤੀ ਕਾਣ ਤੂੰ ਤੇ 50 ਬਾਦ ਲਾ ਲਵੀ ਮੈਂ ਲੂਥ ਮੈਂ ਸਾਂ ਅੱਗਾ ਗਿਆ ਖਾਚਾ ਮੈਂ ਖਾਚਾ ਉਹ ਤੈਨੂੰ ਸ਼ੌਕ ਦਾ ਪਤਾ ਹੀ ਨਹੀਂ ਓਏ ਡੰਗਰ ਰੱਖੋ ਘੋੜਾ ਸੋਹਣਾ ਰੱਖੋ ਰੋਬ ਹੁੰਦਾ ਏ ਕੁੱਤੀ ਰੱਖੀ ਹੋਈ ਡੰਗਰ ਕਿੰਨਾ ਦੀ ਆਉਂਦੀ ਇਹ ਦੱਸ ਵੱਛੀ ਅੱਜ ਕੱਲ ਮੈਂ ਲਈ ਆ 43,000 ਦੀ 43,000 ਦੋ ਸਾਲ ਰੱਖੀ ਤੇ 2.5 lakh ਦੀ ਵਿੱਕੀ ਜਿਹੜੀ ਨਸਲ ਦੀ ਕੁੱਤੀ ਹੈ ਨਾ ਤੂੰ ਇੱਕ ਵਾਰੀ ਵੇਖੇ ਨਾ ਤੇ ਮੂੰਹ ਤੇਰਾ ਦੂਈ ਪਾਸੇ ਲੱਗ ਜਾਵੇ ਜਦੋਂ ਸੁਣਨਾ ਹੈ ਨਾ ਇੱਕ ਫਲ ਵੀ ਨਹੀਂ ਸੁਦੇਵਣਾ 4-5 ਬੱਚੇ ਦੇਸੀ ਗਏ ਤੇ ਜਿਹੜੀ ਨਸਲ ਦੀ ਹੈ ਪਿੱਛੂ ਜ ਇਹਦੇ ਐਲਾਨ ਹੋਏ ਹੋਏ ਨਾ ਜੇ ਲੱਖ ਲੱਖ ਦਾ ਮੈਂ ਗਲੂਰਾ ਇੱਕ ਨਾ ਵੇਚਾਂ ਤੇ ਮੁੜ ਮੇਰਾ ਮੁਕਾਲਾ ਕਰ ਦੇ ਚੰਗੀ ਗਾਂ ਤੇ ਸਾਈਂ ਦਾ ਨਾਂ ਰੌਣਕ ਢੋਰ ਨਾਲ ਹੁੰਦੀ ਰੋਗ ਢੋਰ ਨਾਲ ਹੁੰਦਾ ਇਹ ਕੀ ਹੁਣ ਕੁੱਤੀ ਵਾਲਾ ਜਾਂਦਾ ਪਿਆ ਇਸ ਕੁੱਤੀ ਰੱਖੀ ਹੋਈ ਯਾਰ ਬੜੀ ਗੰਦੀ ਸੋਚ ਹੈ ਤੇਰੀ ਪਤਾ ਨਹੀਂ ਤੂੰ ਕਦੋਂ ਤੁਹਾਡੇ ਤੇਰੀ ਸੋਚ ਤੇ ਮੇਰੀ ਸਵਾਣੀ ਦੀ ਸੋਚ ਇੱਕਾ ਹੀ ਹੈ ਤੇ ਤੇਰੀ ਸੋਚ ਤੇ ਨਾਬੂ ਕੇ ਕੰਜਰਾਂ ਦੀ ਸੋਚ ਇੱਕੋ ਹੈ ਉਹ ਵੀ ਆਉਂਦੇ ਨੇ ਇਤਨੇ ਪੈਸੇ ਉਦੋਂ ਆ ਜਾਣੇ ਉਤਨੇ ਪੈਸੇ ਤੂੰ ਕੁੱਤੇ ਵੇਚ ਕੇ ਰੋਜ਼ਗਾਰ ਬਣਾਉਂ ਹੈ ਤੇਰੇ ਨਾਲ ਤਾਂ ਗੱਲ ਕਰਨੀ ਫਜ਼ੂਲੇ ਦੇ ਅੱਛਾ ਗੱਲ ਜਈ ਨਾ ਹੋਏ ਮੈਂ ਕਿੱਡਾ ਰਾਜ਼ੀ ਹੋਇਆ ਬਈ ਸਵਾਣੀ ਨਾਲ ਇਹ ਕੁਝ ਕਰੂ ਹੈ ਸਾਡੇ ਨਾਲ ਤਾਂ ਕੁੱਤੀ ਚੰਗੀ ਹੈ ਘਿਓ ਵੀ ਖਾਂਦੀ ਅਸੀਂ ਵੇਚ ਸਟੇ ਨਾ ਜੋਟਾ ਆਇਆ ਥਲਾ ਹੈ 28 ਮਾਣਾ ਨਾਲ ਨੂੰ ਦੋ ਸ਼ੋਤ ਦੇਵਣਾ ਮੈਂ ਅੱਜ ਫੱਟਾ ਨਹੀਂ ਲਾਇਆ ਇਸੇ ਵਾਸਤੇ ਉਹ ਅੱਲਾ ਦੇ ਬੰਦੇ ਪਰਾਣੇ ਉਹਨਾਂ ਦੇ ਬੂਹੇ ਤੇ ਆਏ ਥਲੇ ਨੂੰ ਉਹ ਰਜਲ ਦੀ ਰਸਤਾ ਲੈ ਤੇ ਆ ਉਹ ਉਹਨਾਂ ਦੇ ਬੂਹੇ ਤੇ ਚਰਨਾ ਜਾ ਤੇ ਚੱਡਲਾਂ ਦੇ ਬੰਦਾ ਫਸ ਪਾਏ ਦੇ ਆ ਅੱਲਾ ਬੰਦ ਸਾਰ ਫੱਟਿਆ ਬਾਈ ਅੱਜ ਬੰਦ ਕਿੱਥੋਂ ਆ ਸਾਡੇ ਨਾਲ ਉਸ ਬੱਚਰੀ ਤੇ ਬੱਚਰੇ ਠੰਡ ਪੀਤੀ ਹੋਈ ਆ ਵੀ ਸਾਨੂੰ ਨੂੰ ਦਿੱਤਾ ਤੇ ਲਾਮੇ ਤੇ ਸਾਈ ਨੂੰ ਦਿੱਤੇ ਉਧਾਰ ਲੈਣ ਵਾਸਤੇ ਸਾਡੇ ਤੋਂ ਦੋਸ਼ਤ ਲੈ ਜਾਵੇ ਉਹ ਤੁਸੀਂ
ਕੱਟਾ ਕਰਿੰਦੇ ਹੋ ਤੇ ਉਹ ਵੱਖਰੇ ਕਰਿੰਦੇ ਹਨ। ਓਏ ਜਿਹੜੇ ਅਸੀਂ ਤਸਾਈ ਹੁੰਦੇ ਆ ਨਾ, ਅਸੀਂ ਤਾਂ ਅੱਲਾ ਦੇ ਬੰਦਿਆ ਵੱਡੇ ਡੰਦਰਾਂ ਤੋਂ ਲੈ ਤੇ ਸੁਸੜੀ ਤਾਈ ਦਾ ਸੌਦਾ ਤਾਰ ਲੈਨੇ। ਜਿਹੜਾ ਬੋਰਡ ਜਾ ਵੀ ਮੁੜ ਮੈਂ ਦੱਸੇ ਤਾਂ ਘਰ ਦਾ ਘਰੇ ਦੇ ਛੰਡਾ ਸੌਦਾ। ਉਹ ਹੁਣ ਇਹਦੇ ਵੀ 4 ਕਿਲੋ ਥਲੇ ਜੀ ਆਈ ਆ, ਤੇ 8 ਕਿਲੋ 200 ਤੇ ਉਹਦੇ ਬਲ ਪੈਸੇ ਦਿਓ। ਉਹ ਇੰਜੇ ਕੁੱਤੀ ਹੁਣ ਚੰਗੀ ਬਾਹਰ ਚ ਆਈ ਖਲੋਤੀ, ਚੰਗੀ ਫਿੱਟ ਹੋਈ ਖਲੋਤੀ ਆਪਣੇ ਰੋਹ ਵਿੱਚ ਹੈ, ਤੇ ਇੰਜੇ ਬੇ ਦੁਆਨਾ ਆਪਣੇ ਪੈਸਾ ਮਾਣੀ ਮਦਦ ਤੇ ਤੁਤੀ ਨੂੰ ਪਲਟੀ ਜਾਣਾ। ਇਹ ਤੁਤੀ ਆਈ ਆ ਥੈਲੀ ਮਾਝੇ, ਇਹ ਤੂੰ ਵੇਖ ਸੇ ਨਾ ਤੇ ਤੇਰਾ ਮੂੰਹ ਡਿੰਗਾ ਹੋ ਜਾ ਸੀ ਡਿੰਗਾ। ਨਾ ਸਾਲੀ ਆਈ ਦੀ ਹੈ, ਨਾ ਆਪਦਾ ਸਾਲ ਦੀ ਹੈ। ਓਏ ਹੈ ਤਾਂ ਤੁਸੀਂ ਨਾ ਤੋਈ ਉਹਨੂੰ ਤੋਂ ਮੈਂ ਤੇ ਚੋਮਣਾ ਹੈ ਹੈ ਚੋਮਣਾ ਤਾਂ ਨਹੀਂ ਤੇ ਮੋੜ ਤੁਸੀਂ ਹੈ ਨਾ, ਸ਼ੌਕ ਹੈ ਸੋਨੇ ਦੀ ਜੀ ਹੋਵੇ ਥਾਲੀ ਤੇ ਵਿੱਚ ਟੁੱਤੋਰ ਨਾ ਹੋਵੇ ਥਾਲੀ ਨੂੰ ਚਟਣਾ ਨਹੀਂ ਤੇ ਮੋੜ ਇਹ ਜੱਡੀ ਵੀ ਸੋਹਣੀ ਹੈ। ਹੈ ਤਾਂ ਤੁਸੀਂ ਪਰ ਕੁੱਤੀ ਦੇ ਜਦੋਂ ਬੱਚੇ ਆਉਂਦੇ ਨਾ ਜਿਵੇਂ ਤੁਸੀਂ ਆਉਂਦੇ ਹੋ ਤਾਂ ਕੁੱਤੀ ਦੇ ਬੱਚੇ ਆ ਐਂ ਦੇ ਬੱਚੇ ਹੋਣੇ ਤੇ ਤੁਸੀਂ ਮਿਸਾਲ ਕੰਮ ਕਰਦੇ ਸੀਗੇ ਉਹ ਕੁੱਤੀ। ਮੈਨੂੰ ਤਾਂ ਤੇਰੀ ਅਮਰ ਸ਼ੇਰ ਤਾਂ ਹੀ ਸਮਝ ਨਹੀਂ ਲੱਗਦੀ ਭਾਈ, ਕਿਉਂ ਭਾਈ ਤੂੰ ਝੇੜਿਆ ਸਾਰੋ ਬਾਰਾਂ ਨੂੰ ਲੱਦਾ ਥਲਾ ਕਲੇਜੀ ਦੱਸੇ ਹੁਣ ਯਾਰ ਥਲੇ ਜੀ ਤਾਂ ਮੈਂ ਦੱਸਾਂ ਤੱਤਾ ਤਰੂ ਆ ਉਹ ਫੁੱਤ ਕੀ ਵਾਲੇ ਘਰ ਦਾ ਨਹੀਂ ਨਹੀਂ ਸ਼ਾਦੀ ਵਾਲੇ ਘਰ ਦਾ ਹਾਂ ਮੈਂ ਆ ਜਾਵਾਂ ਆ ਜਾ ਮੈਂ ਯਛਵਾਰ ਨੂੰ ਦਲ ਛੱਡੀ। ਚਲੋ ਠੀਕ ਹੈ ਬਾਲਾ ਮਿਹਰਬਾਨੀ ਠੀਕ ਹੈ ਕੁੱਤੀ ਕਣ ਬਣਾਈਂਦਾ ਪਿਆ ਫੜ ਕੇ ਪੁਰਾਣੇ ਆਉਂਦੇ ਪੈਣ ਅੱਜ ਨਾ ਆ ਕੇ ਵੇਖਣੀ ਹੈ ਕੁੱਤੀ ਬੜੇ ਦੂਰ ਦੇ ਪੁਰਾਣੇ ਆਉਂਦੇ ਪੈਣ ਤੇ ਬੜੇ ਸ਼ੌਕ ਵਾਲੇ ਪੁਰਾਣੇ ਨਾ ਕਿੰਨੇ ਮੁਰਬਿਆਂ ਦਾ ਮਾਲਿਕ ਹੈ? ਸ਼ੌਕੀਨਾ ਦਾ ਕੋਈ ਨੀ ਆਉਂਦਾ, ਤੂੰ ਪਤਾ ਨੀ ਕਿਹੋ ਜਿਹੀਆਂ ਗੱਲਾਂ ਕਰਦੀ ਹੈ। ਸ਼ੌਕ ਦਾ ਮੁੱਲ ਕੋਈ ਨੀ ਹੁੰਦਾ, ਉਸ ਪਤਾ ਹੀ ਅਗਲੇ ਨੇ ਸੂਰ ਤੇ ਲੜਾਇਆ ਕੁੱਤਾ ਆਪਣਾ। ਅੱਛਾ ਛੱਡ
ਯਾਰ ਮੇਰੀ ਕੁੱਤੀ ਕਿਸੇ ਖਾਤੇ ਹੀ ਤਾਂ ਪਾ ਲਵੇ ਹੁਣ ਸੁੱਤੀ ਤੇਰੀ ਸੀ ਸੇ ਖਾਤੇ ਵਿੱਚ ਤੂੰ ਤੇ ਸੋਨੇ ਦਾ ਬਾਲ ਜਾਣੇ ਓ ਜੀ ਕੁੱਤੀ ਹੈ ਨਾ ਉਹ ਸੋਨੇ ਤੂੰ ਅਗਾ ਕਾ ਆਜ ਮੈਂ ਵਿਥਾ ਹੈ ਨਾ ਜੀ ਇਹ ਜਵਾਰਾ ਰਾਤ ਜਾਵੇ ਓਏ ਉਹ ਵਿਥਾ ਤਾਂ ਸਹੀ ਤੂੰ ਵੇਖ ਕਿਦਾ ਤੇ ਤੂੰ ਪੈਸੇ ਮੈਨੂੰ ਛੱਡ ਕੇ ਤੇ ਉੱਠੀ ਉਤਾ ਉਤਾਂ ਉੱਠੀ ਖਾ ਖਾ ਕੇ ਤੇ ਉੱਠਿੰਦਾ ਹੀ ਨਹੀਂ ਪਿਆ ਤੇਰੇ ਕੋਲੋਂ ਉੱਠੀ ਖਲੋ ਓ ਹੈਲੋ ਰੱਜੀ ਬੋਂ ਪਈ ਐ ਸੁਤੀ ਨੋਂ ਤਾਂ ਸਮਝਦਾ ਰਿਆ ਹਾਂ ਇਸ ਖੁਰੇ ਕੱਢਣੇ ਜਦੋਂ ਵੇਖੀਏ ਹੁਣ ਇਹ ਥੁਰੇ ਤਾਂ ਦੇਸੀ ਆਏ ਨਾ ਤਾਂ ਦੇਸੀ ਜੇ ਨਾ ਤੇਰੇ ਤੋਂ ਪੈਸੇ ਲੈਣੇ ਉਹ ਨਾ ਥੁਰੇ ਧੜ ਤੇ ਆਉਣੇ ਤੇ ਮੁਫਤ ਦਾ ਮਿਸ਼ਬਰਾ ਵੀ ਆਈ ਇਹ ਸੂਤੀ ਵਾਸਤੇ ਦੋ ਮਜ਼ਦੂਰ ਰੱਖ ਲਾ ਇਹਨੂੰ ਠੇਤਾਂ ਦੇ ਤੇ ਉਠਾਈਂਦੇ ਰਹੇ ਹਾਂ।